ਬਹੁਤ ਧੰਨਵਾਦ ਜੀ। ਤੁਹਾਡੀਆਂ ਤਾੜੀਆਂ ਦੇ ਵਿਚਕਾਰ ਸੂਫੀ ਦਰਬਾਰਾਂ ਤੋਂ ਜਿਸ ਘਰਾਣੇ ਦੇ ਵਿੱਚੋਂ ਕਈ ਘਰਾਣਿਆਂ ਨੇ ਜਿਸ ਘਰਾਣੇ ਦੇ ਵਿੱਚੋਂ ਬਾਬਾ ਜੀ ਕਈ ਘਰਾਣਿਆਂ ਨੇ ਰੋਟੀ ਖਾਧੀ ਹੈ ਅਤੇ ਹੁਨਰ ਲਿਆ ਆ ਇਹਨਾਂ ਦੇ ਘਰਾਣੇ ਦੀ ਗੱਲ ਕਰਾਂ ਤਾਂ ਟਾਈਮ ਬੜਾ ਲੰਬਾ ਲੱਗ ਸਕਦਾ, ਲੇਕਿਨ ਸਾਰੇ ਜਾਣਦੇ ਆ। ਤੁਹਾਡੀਆਂ ਤਾੜੀਆਂ ਦੇ ਵਿਚਕਾਰ ਇੰਟਰਨੈਸ਼ਨਲ ਵਾਈ ਫੇਮਸ ਆਵਾਜ਼ ਬੁੱਢਾ ਮੁਹੰਮਦ ਜੀ। ਔਰ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਅੱਜ ਸਾਡੇ ਵੀਰ ਸਾਰੇ ਕਰਵਿੰਦਰ ਕੀਤਾ, ਸਰਬਜੀਤ ਸੌਤਾ, ਔਰ ਇਹਨਾਂ ਤੋਂ ਬਾਅਦ ਸਾਡੇ ਪੰਜਾਬ ਦੀ ਧੀ, ਪੰਜਾਬ ਦਾ ਮਾਣ ਜਿਹੜਾ ਹੋ ਰਿਹਾ, ਔਰ ਮੈਂ ਮਾਈਕ ਹੈਂਡਲ ਕਰਾਂ ਜਨਾਬ ਮੁਹੰਮਦ ਬੁੱਢਾ ਜੀ। ਐਮ ਪੀ ਭਾਜੀ ਉੱਪਰ ਸੈਂਪਲਰ ਬਹੁਤ ਘੱਟ ਆ ਰਿਹਾ, ਮੈਨੂੰ ਸਰਾਊਂਡ ਕਰਕੇ ਦੇ, ਸਰਾਊਂਡ ਨਹੀਂ ਹੈਗਾ, ਸਰਾਊਂਡ ਕਰ ਦਿਓ, ਬਹੁਤ ਘੱਟ ਲੈਵਰ। ਮੌਜੂਦ ਹਾਜ਼ਰੀਨ, ਇੱਕ ਸ਼ਾਮ ਬਾਬਾ ਸਾਹਿਬ ਕੇ ਨਾਮ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ, ਅਗਰ ਡਾਕਟਰ ਭੀਮ ਰਾਓ ਜੀ ਸੰਵਿਧਾਨ ਨਾ ਲਿਖਦੇ ਤੇ ਸਾਨੂੰ ਬੋਲਣ ਦਾ ਅਧਿਕਾਰ ਨਾ ਹੁੰਦਾ, ਸਾਨੂੰ ਵੋਟ ਪਾਉਣ ਦਾ ਅਧਿਕਾਰ ਨਾ ਹੁੰਦਾ ਤੇ ਨਾਰੀ ਨੂੰ ਸਤਿਕਾਰ ਨਾ ਮਿਲਦਾ। ਇਹ ਸਾਰੀ ਦੇਣ ਬਾਬਾ ਸਾਹਿਬ ਡਾਕਟਰ ਅੰਬੇਡਕਰ ਭੀਮ ਰਾਓ ਜੀ ਦੀ, ਔਰ ਜੇ ਤੁਸੀਂ ਬਾਬਾ ਸਾਹਿਬ ਨੂੰ ਪਿਆਰ ਕਰਦੇ ਇੱਕ ਵਾਰੀ ਤਾਲੀਆਂ ਵਜਾ ਕੇ ਦੱਸੋ ਜਰਾ ਕਿੰਨਾ ਕੁ ਪਿਆਰ ਕਰਦੇ ਆ। ਨਹੀਂ ਮਜ਼ਾ ਨਹੀਂ ਆਇਆ, ਇੰਨੀਆਂ ਤਾਲੀਆਂ ਤਾਂ ਗੁਰਮੇਜ ਬੇੜੀ ਦੇ ਨਾਂ 'ਤੇ ਵੱਜ ਜਾਂਦੀਆਂ, ਬਾਬਾ ਸਾਹਿਬ ਦੇ ਨਾਂ 'ਤੇ ਤਾਲੀ ਵੱਜਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਡੀਪੀ ਜੀ, ਥੋੜ੍ਹਾ ਸ਼ਾਰਪ ਕਰਕੇ ਬੋਡੀ ਅਪ ਕਰ, ਬੋਡੀ ਕੱਟ। ਮੇਰੇ ਤੋਂ ਪਹਿਲਾਂ ਮੇਰਾ ਛੋਟਾ ਵੀਰ ਸਰਦਾਰ ਅਲੀ ਔਰ ਮੇਰਾ ਛੋਟਾ ਵੀਰ ਕੁਲਵਿੰਦਰ ਕਿੰਦਾ ਜੀ ਬਹੁਤ ਸੁਰੀਲੇ ਢੰਗ ਦੇ ਨਾਲ, ਔਰ ਸੋਤਾ ਸਾਹਿਬ ਜੀ ਬੜੇ ਅੱਛੇ ਤਰੀਕੇ ਦੇ ਨਾਲ ਤੁਹਾਡੀ ਖਿਦਮਤ ਕਰਕੇ ਗਏ ਹੈ, ਔਰ ਮੁਬਾਰਕਬਾਦ ਦਿੰਦਾ ਜੱਸੀ ਤੱਲਣ ਜੀ, ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰੈਜੀਡੈਂਟ ਸਾਹਿਬ। ਇੱਕ ਤਾਲੀ ਬਣਦੀ ਹੈ ਜੱਸੀ ਭਾਈ ਦੇ ਨਾਂ 'ਤੇ, ਜ਼ੋਰਦਾਰ ਤਾਲੀ ਬਣਦੀ ਹੈ, ਅਤੇ ਇੱਕ ਤਾਲੀ ਮੇਰਾ ਛੋਟਾ ਵੀਰ ਪੁਰਤਗਾਲ ਦੇ ਵਿੱਚ
ਇਸੇ ਤੱਲਣ ਦਾ ਨਾਮ ਰੋਸ਼ਨ ਜਿਹਨੇ ਕਰ ਵੀ ਰਿਹਾ ਤੇ ਕੀਤਾ ਵੀ ਹੈ, ਉਹਦਾ ਨਾਮ ਹੈ ਕਮਲ ਤੱਲਣ। ਤਾਲੀ ਹੋਣੀ ਚਾਹੀਦੀ। ਮੈਂ ਹੁਣੇ ਹੁਣੇ ਯੂਰਪ ਦੇ ਵਿੱਚੋਂ ਆਇਆ, ਮੇਰੇ ਖਿਆਲ ਹਫ਼ਤਾ ਕੀ ਹੋਇਆ ਮੇਰੇ ਖਿਆਲ ਆਏ ਨੂੰ, ਤੇ ਉੱਥੇ ਹਰ ਰੋਜ਼ ਸਾਡੀ ਕਮਲ ਦੇ ਨਾਲ ਗੱਲ ਹੁੰਦੀ ਸੀ, ਤੇ ਅੱਜ ਇੱਥੇ ਵਿਸ਼ੇਸ਼ ਤੌਰ 'ਤੇ ਮਹਾਂਪੁਰਸ਼ ਤਸ਼ਰੀਫ ਰੱਖਦੇ ਹੈ, ਸੰਤ ਮਹਾਂਪੁਰਸ਼, ਔਰ ਖਾਸ ਕਰਕੇ ਸਾਡੇ ਮਹਾਰਾਜ ਜੀ ਔਰ ਸਾਡੇ ਵੀਰ ਸਰਦਾਰ ਮਨਵਿੰਦਰ ਸਿੰਘ ਜੀ ਸੰਧੂ ਸਾਹਿਬ, ਮਨਵਿੰਦਰ ਸਿੰਘ ਜੀ ਸਿੱਧੂ ਸਾਹਿਬ, ਮੈਂ ਇਹਨਾਂ ਦੀ ਜਿੱਥੇ ਵੀ ਪੋਸਟਿੰਗ ਹੁੰਦੀ ਹੈ ਉੱਥੇ ਕਦੇ ਨਾ ਕਦੇ ਮੁਲਾਕਾਤ ਹੁੰਦੀ ਰਹਿੰਦੀ ਹੈ, ਕਿਉਂਕਿ ਥੋਕ ਦੇ ਵਿੱਚ ਮੇਰੇ ਤਹਿਸੀਲਦਾਰ ਵਾਕਫ ਆ ਅਤੇ ਉਹਨਾਂ ਵਿੱਚੋਂ ਮੇਰਾ ਭਰਾ ਵੀ ਹੈ। ਇੱਕ ਤਾਲੀ ਜ਼ੋਰਦਾਰ ਜਾ ਦਿਓ ਅਤੇ ਬੜੇ ਤੁਸੀਂ ਲੱਕੀ ਹੈ, ਤਹਿਸੀਲਦਾਰ ਤਾਂ ਪੰਜਾਬ ਭਰਿਆ ਪਿਆ ਤਹਿਸੀਲਦਾਰਾਂ ਨਾਲ, ਲੇਕਿਨ ਗੁਰਦੁਆਰਾ ਸਾਹਿਬ ਦੀ ਸੇਵਾ ਸ਼ਹੀਦਾਂ ਦੀ ਕਿਸੇ ਕੋਲ ਨਹੀਂ, ਉਹ ਤੁਹਾਡੇ ਕੋਲ ਹੀ ਹੈ। ਹਾਂਜੀ ਆਵਾਜ਼ ਨਹੀਂ ਆਈ, ਕੋਈ ਗੱਲ ਨਹੀਂ, ਜੋ ਤੁਸੀਂ ਕਿਹਾ ਬਹੁਤ ਅੱਛਾ ਕਿਹਾ। ਹਾਂ ਇਹ ਕੋਈ ਦੱਸਣ ਵਾਲੀ ਗੱਲ ਹੈ, ਇਹ ਤਾਂ ਪਰਦੇ ਦੀਆਂ ਗੱਲਾਂ। ਕਹਿੰਦੇ ਜਿੱਦਾਂ ਜ਼ਮੀਨ ਦਾ ਰੇਟ ਵੱਧਦਾ ਉਦੋਂ ਸ਼ਹੀਦਾਂ ਦੀ ਇਨਕਮ ਵੱਧਦੀ ਆ, ਮੈਂ ਕਿਹਾ ਇਹ ਦੱਸਣ ਵਾਲੀਆਂ ਗੱਲਾਂ ਨਹੀਂ ਹੈ, ਇਹ ਪੂਰੀ ਦੁਨੀਆਂ 'ਚ ਮਸ਼ਹੂਰ ਹੈ ਸ਼ਹੀਦਾਂ ਦਾ ਗੁਰਦੁਆਰਾ। ਜ਼ੋਰਦਾਰ ਤਾਲੀਆਂ ਵਜਾ ਦਿਓ। ਔਰ ਮੇਰੇ ਭਰਾ ਸਰਦਾਰ ਮਨਜੀਤ ਸਿੰਘ ਜੀ ਔਰ ਮੇਰਾ ਸਰਨਾਮੀਆ ਬੂਟਾ ਭਾਜੀ, ਮੈਂ ਜਿੰਨੀਆਂ ਵੀ ਇੱਥੇ ਸਾਰੀਆਂ ਰੂਹਾਂ ਨੇ, ਦੀਪਕ ਰਸੂਲਪੁਰੀ ਸਾਹਿਬ ਅਤੇ ਜੱਸੀ ਭਾਜੀ, ਮੈਂ ਇੱਕ ਗਾਣਾ ਗਾਉਣਾ, ਮੈਨੂੰ ਪਹਿਲੇ ਦੱਸ ਦਿਓ ਕਿ ਮੈਂ ਨਹੀਂ ਬਹੁਤਾ ਗਾਉਣਾ, ਮੈਨੂੰ ਦੱਸ ਦਿਓ ਤੁਸੀਂ। ਦੋ ਗਾਉਣੇ ਠੀਕ ਹੈ, ਯਾਨੀ ਇਹਦਾ ਮਤਲਬ ਪੁਰਾਣੇ ਨਾਂ ਦਾ ਥੋੜ੍ਹਾ ਸਤਿਕਾਰ ਹੋ ਗਿਆ, ਵੈਸੇ ਦੋ ਤਿੰਨ ਗਾਣਿਆਂ ਬਾਅਦ ਅਸੀਂ ਮਗਦੇ ਹੁੰਦੇ ਹਾਂ, ਗਰਮ ਜਿਹੇ ਹੁੰਦੇ ਹਾਂ। ਚਲੋ ਕੋਈ ਨਹੀਂ, ਅੱਜ ਗੱਲ ਗਾਉਣ ਦੀ ਨਹੀਂ ਹੈ, ਅੱਜ ਜਸ ਹਾਜ਼ਰੀ ਹੈ ਅਤੇ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਮੈਂ ਆ ਜਾਣਾ। ਹਾਂਜੀ ਜੀ ਵੀ ਇੱਥੋਂ ਕਰੋਲਾ ਪ੍ਰਧਾਨ ਜੀ, ਜੱਸੀ ਭਾਜੀ ਕਿੱਥੇ ਗਏ, ਆਹ ਗੱਲ ਕੀ ਹੈ, ਫਿਰ ਮੈਂ ਜਾਂ ਤਾਂ ਤੁਸੀਂ ਮੈਨੂੰ ਫਿਰ ਠਹਿਰ ਕੇ ਲਾਉਣ ਦੇ, ਮੈਂ ਤਾਂ ਜਿਗਰੇ ਨਾਲ ਬੈਠਾ ਸੀ ਹੈ, ਕਿਉਂਕਿ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਸੰਬੋਧਨ ਮੈਂ ਗਾਣਾ ਗਾਵਾਂ, ਲੋਕਾਂ ਦਾ ਧਿਆਨ ਇੱਧਰ ਹੋਵੇ ਜਾਂ ਮੇਰੇ ਵੱਲ ਹੋਵੇ, ਇੱਦਾਂ ਤਾਂ ਕਨਵਰਟ ਹੋ ਜਾਣਾ, ਇੱਦਾਂ ਨਾ ਕਰੋ, ਜਾਂ ਮੈਂ ਬਹਿ ਜਾਂਦਾ ਜਾਂ ਤੁਸੀਂ ਬਹਿ ਜਾਓ, ਤੁਸੀਂ ਕਾਲੀਆਂ ਤਾਂ ਨਹੀਂ ਕਦੇ ਜ਼ਿਆਦਾ ਹੀ ਹੈ,
ਜੇ ਕਾ ਇੱਥੇ ਬਹਿ ਜਾਓ ਫਿਰ ਥੱਲੇ ਬਹਿ ਜਾਓ, ਇੱਦਾਂ ਚੌਕੜੇ ਮਾਰ ਕੇ ਬਹਿ ਜਾਓ। ਹਾਂਜੀ ਰੈਡੀ ਹਾਂ ਜੀ। ਲਓ ਜੀ ਮੈਨੂੰ ਇਜਾਜ਼ਤ ਦੇ ਦਿਓ ਇੱਕ ਵਾਰੀ ਤਾਲੀਆਂ ਵਜਾ ਕੇ, ਜ਼ੋਰਦਾਰ ਤਾਲੀਆਂ ਵਜਾ ਕੇ। ਬਈ ਅਣਖਾਂ ਦੇ ਨਾਲ ਜੀਣਾ ਸੀਸ ਖਾ ਗਿਆ, ਅਣਖਾਂ ਦੇ ਨਾਲ ਸਾਡਾ ਭਾਣਜਾ ਕਾਲਾ ਕੋਟਲੀ ਥਾਨ ਸਿੰਘ ਤੋਂ। ਬਈ ਅਣਖਾਂ ਦੇ ਨਾਲ ਜੀਣਾ ਸੀਸ ਖਾ ਗਿਆ, ਓਏ ਅਣਖਾਂ ਦੇ ਨਾਲ ਜੀਣਾ ਸੀਸ ਖਾ ਗਿਆ। ਬਈ ਬਣ ਕੇ ਮਸੀਹਾ ਬਾਬਾ ਸਾਵੀ ਆ ਗਿਆ, ਓਏ ਬਣ ਕੇ ਮਸੀਹਾ ਬਾਬਾ ਸਾਵੀ ਆ ਗਿਆ। ਸੈਂਪਲਰ ਡੈਂਪੀ ਸੈਂਪਲਰ ਨਾਲ ਜੀਣਾ ਸੀਸ ਖਾ ਗਿਆ, ਬਣ ਕੇ ਮਸੀਹਾ ਬਾਬਾ ਸਾਵੀ ਆ ਗਿਆ। ਲੱਗਾ ਤੋੜ ਸੀ
ਸਾਡੇ
ਜੈ ਭੀਮ, ਆਵਾਜ਼ ਹੀ ਨਹੀਂ ਆਈ, ਜੈ ਭੀਮ, ਜੈ ਭੀਮ, ਜੈ ਭੀਮ, ਜੈ ਗੁਰਦੇਵ, ਜੈ ਗੁਰਦੇਵ। ਉਹ ਭੈਣਾਂ ਪਤਾ ਨਹੀਂ ਕੀ ਕਹੀ ਜਾਂਦੀ, ਹੁਣ ਮੈਨੂੰ ਤਾਂ ਸੁਣਦਾ ਵੀ ਹੈ ਨਹੀਂ। ਤਹਿਸੀਲਦਾਰ ਸਾਹਿਬ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਆਇਆ, ਔਰ ਭਾਅ ਜੀ ਕੁੱਕੀ ਚਾਲ ਜੀ ਕਨੇਡਾ ਵਾਲੇ, ਉਹਨਾਂ ਵੱਲੋਂ ਵੀ 500 ਰੁਪਈਆ, ਬੂਟਾ ਭਾਅ ਜੀ ਵੱਲੋਂ 500 ਰੁਪਈਆ, ਔਰ ਅਰੁਣ ਚਾਲ ਕਨੇਡਾ ਤੋਂ, ਪ੍ਰਿਆ ਚਾਲ ਇੰਗਲੈਂਡ ਤੋਂ, ਬਾਬਾ ਸਾਹਿਬ ਬੀ ਆਰ ਅੰਬੇਡਕਰ ਸਾਹਿਬ ਦੇ ਨਾਂ 'ਤੇ 500 ਰੁਪਈਆ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਸੋ ਮੈਂ ਹੁਣ ਮੈਂ ਗੱਲਾਂ ਇਸ ਕਰਕੇ ਨਹੀਂ ਕੀਤੀਆਂ ਕਿਉਂਕਿ ਟਾਈਮ ਜ਼ਿਆਦਾ ਹੋ ਰਿਹਾ। ਸੋਤਾ ਸਾਹਿਬ ਨੇ ਗਾਣੇ 3-4 ਗਾਏ ਆ, ਪਰ ਗੱਲਾਂ ਉਹਨਾਂ ਨੇ 40-50 ਮਿੰਟ ਦੀਆਂ ਕੀਤੀਆਂ, ਪਰ ਮੈਂ ਟਾਈਮ ਨਹੀਂ ਖਰਾਬ ਕਰਨਾ, ਸਿਆਣਪੇ ਦੇ ਵਿੱਚ ਇਹ ਮੇਰੇ ਤੋਂ ਬਾਅਦ ਵੀ ਅਜੇ ਕਲਾਕਾਰ ਹੈ। ਹਾਂਜੀ, ਮੈਂ ਥੋੜ੍ਹਾ ਥੋੜ੍ਹਾ ਗਾਣਾ ਕਹਿਣਾ। ਇੱਕ ਗਾਣਾ ਮੈਂ ਆਪਣੀ ਪਸੰਦੀਦਾ ਕਹਿਣ ਲੱਗਿਆ, ਉਸ ਤੋਂ ਬਾਅਦ ਇੱਕ ਸੰਵਿਧਾਨ ਦਾ ਮੈਂ ਗਾਣਾ ਗਾਊਂਗਾ ਅਤੇ ਖਤਮ ਕਰੂੰਗਾ, ਥੋੜ੍ਹਾ ਜਿਹਾ ਅਸਥਾਈ ਅੰਤਰਾ 5ਵੇਂ ਗਾਲੇ ਤੋਂ ਪਹਿਲੀ। ਹਾਂਜੀ, ਮੈਂ 2 ਲਾਈਨਾਂ ਕਹਿਣੀਆਂ ਮਹਾਰਾਜ ਜੀ, ਮੈਂ 2 ਲਾਈਨਾਂ ਕਹਿਣੀਆਂ, ਜੇ 2 ਲਾਈਨਾਂ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਤਾਲੀ ਵਜਾ ਦਿਓ, ਮੈਂ ਫਿਰ ਇੱਕ ਅੰਤਰਾ ਗਾਊਂਗਾ, ਠੀਕ ਹੈ ਜੀ। 2 ਲਾਈਨਾਂ ਧਿਆਨ ਨਾਲ ਸੁਣਿਓ ਮੇਰੀਆਂ। ਹਾਂਜੀ ਬੇਟਾ, ਤੂੰ ਦੇ ਦੇ, ਉਹ ਇੰਗਲੈਂਡ ਤੋਂ ਆਇਆ, ਉਹਦੇ ਪਾਸ ਨਹੀਂ ਗੱਲ। ਅੱਛਾ ਅੱਛਾ ਭਾਅ ਜੀ, ਜੱਸੀ ਸਾਹਿਬ ਕਹਿੰਦੇ 11,000 ਰੁਪਈਆ ਦਿੱਤਾ, ਕਹਿੰਦੇ ਸਾਡੇ ਤਹਿਸੀਲਦਾਰ ਸਾਹਿਬ ਨੇ, ਇੱਕ ਵਾਰੀ ਤਾਲੀਆਂ ਦਾ ਵਜਾ ਦਿਓ। 11,000 ਤਾਂ ਬਹੁਤ ਵੱਡੀ ਰਕਮ ਹੈ, ਬਹੁਤ ਵੱਡੀ ਮਿਹਰਬਾਨੀ, ਮੈਂ ਸਲਿਊਟ ਕਰਦਾ ਜੀ, ਸਲਿਊਟ। ਇੱਕ ਜਿਹੜਾ ਮੈਂ ਗਾਣਾ 2 ਲਾਈਨਾਂ ਦਾ ਕਹਿਣ ਲੱਗਿਆ, ਹਾਂਜੀ 2 ਲਾਈਨਾਂ 'ਤੇ ਤਾਲੀ ਵੱਜਣੀ ਚਾਹੀਦੀ ਹੈ, ਨਹੀਂ ਤਾਂ ਮੈਂ ਗਾਣਾ ਫਿਰ ਮੈਂ ਸੰਵਿਧਾਨ ਦਾ ਗਾਊਂਗਾ ਜੀ, ਤਾਲਾ ਜੀ। ਉਹ ਧੁੱਪਾਂ ਦਾ ਨਹੀਂ ਡਰ ਮੈਨੂੰ, ਧੁੱਪਾਂ ਦਾ ਨਹੀਂ ਡਰ ਮੈਨੂੰ, ਤੇ ਸ਼ਾਮਾ ਮੇਰੇ ਨਾਲ ਰੇ, ਓਏ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਸੰਤੋਖ ਭਾਕੜੀਆ ਨਾ, ਸੁੱਚਾ ਜੂਕੇ ਵਾਲਾ, ਸੁੱਚਾ ਭਾਅ ਜੀ ਕੁਲਦੀਪ ਭਾਅ ਜੀ ਜੂਕੇ ਵਾਲੇ, 5,000 ਉਹਨਾਂ ਵੱਲੋਂ ਆਇਆ, ਬਹੁਤ ਬਹੁਤ ਮਿਹਰਬਾਨੀ ਜੀ, ਮਾਂ ਦੇ ਗਾਣੇ ਤੋਂ। ਹਾਂਜੀ, ਆ ਮੈਨੂੰ ਮੈਨੂੰ ਪੇਟੀਐਮ ਕਰ ਦਿਓ, ਕੋਈ ਗੱਲ ਨਹੀਂ, ਤਾਲੀਆਂ ਵਜਾ ਜ਼ਰਾ ਜ਼ੋਰ। ਤਹਿਸੀਲਦਾਰ ਸਾਹਿਬ, ਉਹ ਸਾਡੇ ਕਿਹੜੇ ਘੜੁੱਕੇ ਚੱਲਦੇ, ਇਹਨਾਂ ਤੋਂ ਲਿਆ ਕੇ ਖਾਂਦੇ ਹਾਂ ਅਸੀਂ, ਜੇ ਤੁਸੀਂ ਨਾ ਹੁੰਦੇ ਅਸੀਂ ਤਾਂ ਭੁੱਖੇ ਮਰ ਜਾਣਾ ਸੀ। ਉਹ ਤਾਲੀਆਂ ਵੀ ਜਾਓ ਮੇਰੀ ਸਰਕਾਰ। ਡੋਲੇ ਨਾਲ ਧਿਆਨ ਨਾਲ ਸੁਣਿਓ, ਉਹ ਬੇਅਦਬੀ ਜੇ ਮਾਂ ਦੀ ਕੀ
ਮਾਵਾਂ ਵਾਲੇ ਸੁਣਿਓ ਧਿਆਨ ਦੇ ਨਾਲ, ਜੇ ਮੇਰੀ ਗੱਲ ਸੁਣੋਗੇ ਧਿਆਨ ਦੇ ਨਾਲ, ਕੋਈ ਮਾਂ ਆਸ਼ਰਮ ਦੇ ਵਿੱਚ ਨਹੀਂ ਜਾਊਗੀ, ਕੋਈ ਬਾਪ ਕਿਸੇ ਦਾ ਆਸ਼ਰਮ ਦੇ ਵਿੱਚ ਨਹੀਂ ਜਾਊਗਾ। ਉਹ ਬੇਅਦਬੀ ਜੇ ਮਾਂ ਦੀ ਕੀਤੀ ਤੇ ਤੇਰੇ ਕੁਝ ਨਹੀਂ ਰਹਿਣਾ ਪੱਲੇ, ਰੱਬ ਨੇ ਜ਼ਿੰਨਤ ਰੱਖ ਛੱਡੀਏ ਓਏ ਲੋਕੋ ਮਾਂ ਦੀਆਂ ਪੈਰਾਂ ਥੱਲੇ, ਓਏ ਲੋਕੋ ਮਾਂ ਦੀਆਂ ਪੈਰਾਂ। ਜਿਹੜੇ ਮਾਂ ਨੂੰ ਪਿਆਰ ਕਰਦੇ ਉਹਨਾਂ ਨੇ ਤਾਲੀਆਂ ਵਜਾਉਣੀਆਂ। ਰੈਡੀ ਵਨ ਟੂ ਵਨ ਟੂ ਥ੍ਰੀ। ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ, ਓਏ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਤਰ੍ਹਾਂ ਕਹਾਂਗਾ ਤਹਿਸੀਲਦਾਰ ਸਾਹਿਬ, ਜੇ ਤੁਸੀਂ ਆਫਿਸਰ ਬਣੇ ਹੈ, ਪਹਿਲਾਂ ਮਾਂ ਦਾ ਆਸ਼ੀਰਵਾਦ ਮਿਲਿਆ ਫਿਰ ਪਰਮਾਤਮਾ ਨੇ ਦਿੱਤਾ, ਜੇ ਮਾਂ ਨਾ ਖੁਸ਼ ਹੁੰਦੀ ਤੇ ਪਰਮਾਤਮਾ ਵੀ ਨਹੀਂ ਖੁਸ਼ ਹੁੰਦਾ। ਇਸ ਕਰਕੇ ਕਹਿੰਦਾ ਬਈ ਜਦੋਂ ਮੈਂ ਘਰੋਂ ਤੁਰਦਾ ਮੈਂ ਕੀ ਕਰਦਾ, ਮਾਂ ਦੇ ਪੈਰ ਚੁੰਮ ਕੇ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਦਾ, ਮਾਂ ਦੇ ਪੈਰ ਚੁੰਮ ਕੇ ਜਦੋਂ ਘਰੋਂ ਤੁਰਦਾ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਦਾ, ਮਾਂ ਦੇ ਪੈਰ ਚੁੰਮ ਕੇ ਜਦੋਂ ਘਰੋਂ ਤੁਰਦਾ। ਉਹ ਲੱਗਦਾ ਏ ਮੰਜ਼ਿਲਾ, ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਹਾਂ, ਲੋਕੋ ਮੇਰੀ ਮਾਂ ਦੀਆਂ, ਓਏ ਲੋਕੋ ਮੇਰੀ ਮਾਂ ਦੀਆਂ ਹਾਂ, ਲੋਕੋ ਮੇਰੀ ਮਾਂ ਦੀਆਂ ਮੈਂ ਇੱਧਰ ਮੇਰੇ ਕੋਲ ਮੇਰੇ ਭਾਅ ਜੀ ਜੱਸੀ ਭਾਅ ਜੀ
ਹੈਲੋ ਜੱਸੀ, ਮੈਂ ਜੱਸੀ, ਜੱਸੀ ਬਾਜੀ ਹੈਲੋ, ਉਹ ਇੱਧਰ ਇੱਧਰ ਹੈ, ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਹੁਣ ਇੱਕ ਲਾਸਟ ਸੰਵਿਧਾਨ ਦਾ ਇੰਨੇ 2 ਮਿੰਟ ਦੇ ਵਿੱਚ ਗਾਣਾ ਗਾ ਕੇ ਆਪ ਜੀ ਤੋਂ ਖਿਮਾ ਮੰਗਣੀ ਹੈ। ਜੱਸੀ ਭਾਅ ਜੀ, ਮੈਂ ਦੱਸਣਾ ਚਾਹੁੰਦਾ ਸੀ ਕਿ ਬੂਟੇ ਭਾਅ ਜੀ ਦੀਆਂ ਭੈਣਾਂ ਨੇ ਇੰਗਲੈਂਡ ਦੇ ਵਿੱਚ, ਜਿਨ੍ਹਾਂ ਦੇ ਕੋਲ ਮੈਂ ਮੇਰਾ ਖਿਆਲ 84 ਦੇ ਵਿੱਚ ਪਹਿਲੀ ਵਾਰੀ ਇੰਗਲੈਂਡ ਗਿਆ ਸੀ, 1984 ਦੇ ਵਿੱਚ, ਉਸ ਤੋਂ ਲੈ ਕੇ ਹੁਣ ਤੱਕ 40 ਸਾਲਾਂ 'ਚ ਅਸੀਂ ਇਕੱਠੇ ਹੀ ਹਾਂ। ਤੁਹਾਡੀ ਮਰਜ਼ੀ ਹੈ, ਮੈਂ ਕਿਉਂਕਿ ਇੱਕ ਪੰਜਾਬ 'ਚ ਇੱਕੋ ਹੀ ਇੱਕ ਬੰਦਾ ਆ ਜਿਹਦੀ ਮੈਂ ਇਸ ਤਰੀਕੇ ਨਾਲ ਪਿਆਰ ਦੇ ਇਸ ਤਰੀਕੇ ਨਾਲ ਉਸ ਸ਼ੁਕਰੀਆ। ਵਾਹ ਵਾਹ ਵਾਹ, ਕਰ ਦਿਓ ਜਦੋਂ ਸਾਡੇ ਵਿਆਹ ਵੂ ਹੋਏ ਉਦੋਂ ਤਾਂ ਗਰੀਬੀ ਇੰਨੀ ਸੀ, ਪਾਪਾ ਮਿਲੀ ਨਹੀਂ ਸਾਨੂੰ, ਅਤੇ ਆ ਸੁੱਖ ਨਾ ਸੀ ਇਹਦੇ ਨਾਲ। ਜ਼ੋਰਦਾਰ ਤਾਲੀਆਂ ਵਜਾ ਦਿਓ, ਜੇ ਗਾਣਾ ਮਾਂ ਦਾ ਚੰਗਾ ਲੱਗਿਆ ਕੋਈ ਫਿਰ ਤਾਲੀਆਂ ਵਜਾ ਦਿਓ, ਤੇ ਹੁਣ ਜਿਹੜਾ ਮੈਂ ਗਾਣਾ ਗਾਉਣ ਲੱਗਾ ਉਹ ਵੀ ਤੁਹਾਨੂੰ ਚੰਗਾ ਲੱਗਣਾ। ਉਹ ਨਾ ਪਹਿਲਾਂ ਕਰ ਦੇ, ਖੁੰਝਿਆ ਹੋਇਆ ਵੇਲਾ ਮੁੜ ਕੇ ਹੱਥ ਨਾ ਆਉਣਾ ਏ, ਉਹ ਨਹੀਂ ਹੋਰ ਹੋਰ ਗੱਲ ਕਰਦੇ, ਇਹ ਹੋਰ ਗੱਲ ਆ, ਮੈਂ ਹਸਾਉਂਦਾ ਜਾਣ ਕੇ। ਲੈ ਵੀ ਆਹ ਮੈਸੇਜ ਆ ਮੇਰਾ, ਇੱਕ ਗਾਣਾ ਨਹੀਂ ਹੈ ਪ੍ਰਧਾਨ ਜੀ, ਆਹ ਸੁਣਿਓ ਜਰਾ। ਖੁੰਝਿਆ ਹੋਇਆ ਬੇੜਾ ਮੁੜ ਕੇ ਹੱਥ ਨਾ ਆਉਣਾ ਏ, ਹੋ ਜਾ ਸਾਰੇ ਇਕੱਠੇ ਜੇ ਸੰਵਿਧਾਨ ਬਚਾਉਣਾ ਏ, ਹੁਣ ਇੱਕ ਥਾਂ ਹੋ ਜਾ ਇਕੱਠੇ ਜੇ ਸੰਵਿਧਾਨ ਬਚਾਉਣਾ ਏ। ਮੈਨੂੰ ਉਮੀਦ ਆ ਕਿ ਗਾਣਾ ਤੁਹਾਨੂੰ ਚੰਗਾ ਲੱਗਣਾ, ਗਾਣੇ ਤਾਂ ਮੇਰੇ ਕੋਲ ਇੱਦਾਂ ਦੇ ਬਹੁਤ ਆ, ਮੈਂ ਯੂਰਪ 'ਚ ਇਹੀ ਕੰਮ ਕਰਕੇ ਆਇਆ, ਪਰ ਇੱਥੇ ਗੱਲ ਇਹ ਹੈ ਵੀ ਇੱਥੇ ਗਾਉਣ ਦੀ ਗੱਲ ਨਹੀਂ ਹੈ, ਇੱਥੇ ਤਾਂ ਆਉਣ ਦੀ ਗੱਲ ਸੀ, ਖਰੇ ਇਹਨਾਂ ਨੇ ਗਾਉਣ ਦੇਣਾ, ਖਰੇ ਨਹੀਂ ਗਾਉਣ ਦੇਣਾ। ਮੈਂ ਤਾਂ ਅੱਜ ਪਹਿਲੀ ਵਾਰੀ ਹੋਇਆ, ਮੈਂ ਆਪਣੇ ਮੁੰਡੇ ਵੀ ਨਹੀਂ ਲੈ ਕੇ ਆਇਆ, ਥਾਣੇਦਾਰ ਸਾਹਿਬ ਆਹ ਦੇਖ ਲਓ ਇੱਦਾਂ ਕਰਦੇ ਆ, ਮੈਂ ਆਪਣੇ ਮਜੀਸ਼ੀਅਨ ਭਰਾ ਆਪਣੇ ਮੁੰਡੇ ਵੀ ਨਹੀਂ ਲੈ ਕੇ ਆਇਆ, ਮੈਂ ਕਿਹਾ ਜਿਹੜੇ ਲੱਗੇ ਹੋਣਗੇ ਉਹਨਾਂ ਨਾਲੇ ਬੁੱਤਾ ਲਾ ਲੈਣਾ ਆਪਾਂ, ਗੱਲ ਹੀ ਕੋਈ ਨਹੀਂ, ਰੌਲਾ ਹੀ ਕੋਈ ਨਹੀਂ, ਕਿਉਂਕਿ ਜੱਸੀ ਸਾਡਾ ਪ੍ਰਧਾਨ ਭਰਾ ਆ, ਇਹ ਐਸਾ ਪ੍ਰਧਾਨ ਆ ਵੀ ਜਿੱਥੇ ਮਾਂ ਦਾ ਪੁੱਤ ਖੜ ਜਾਂਦਾ ਨਾ, ਅਤੇ ਉੱਥੇ ਤੁਹਾਨੂੰ ਪਤਾ ਕੀ ਹੋ ਜਾਂਦਾ, ਤਾਲੀਆਂ ਵਜਾ ਕੇ ਦੱਸੋ ਜਰਾ, ਚੱਕੇ ਜਾਮ ਹੋ ਜਾਂਦੇ ਆ, ਇਹ ਚੱਕਾ ਜਾਮ ਇੱਕੋ ਹੀ ਬੰਦਾ ਕਰਦਾ ਪੰਜਾਬ 'ਚ, ਅਤੇ ਨਾਲ ਮੈਨੂੰ ਗੱਲਾਂ 'ਤੇ ਮਿਊਜ਼ਿਕ ਨਹੀਂ ਪੁੱਤ ਚਾਹੀਦਾ, ਇਹ ਪੰਜਾਬ ਦੇ ਵਿੱਚ ਸਾਡੇ ਖਾਸ ਕਰਕੇ ਜਿਹੜਾ ਡਿਪਾਰਟਮੈਂਟ ਹੈ, ਸਾਡੇ ਆਫਿਸਰ ਬੈਠੇ ਹੈ, ਅਤੇ ਆਫਿਸਰ ਜਦੋਂ ਕੋਈ ਚੰਗਾ ਫੈਸਲਾ ਨਾ ਜਿਹਨੇ ਕੀਤਾ ਹੋਵੇ, ਉਹ ਚੰਗਾ ਫੈਸਲਾ ਕਰਾਉਣ ਵਾਸਤੇ ਜਦੋਂ ਜੱਸੀ ਹੁਣੀ ਜਾਂਦੇ ਆ ਨਾ, ਅਤੇ ਅਫਸਰ ਨੂੰ ਪਤਾ ਲੱਗ ਜਾਂਦਾ ਹੁਣ ਫੈਸਲਾ ਕਰਨਾ ਪੈਣਾ, ਨਹੀਂ ਤਾਂ ਚੱਕਾ ਜਾਮ ਹੋ ਜਾਣਾ। ਅਤੇ ਇਸ ਕਰਕੇ ਮੇਰੇ ਤੋਂ ਪਹਿਲਾਂ ਮੇਰਾ ਛੋਟਾ ਭਰਾ ਸਰਦਾਰ ਅਲੀ ਵੀ ਕਹਿ ਕੇ ਗਿਆ, ਇਹ ਸਾਡੇ
ਇਹ ਕੌਮ ਦਾ ਵੀ ਮਾਣ ਹੈ ਅਤੇ ਨਾਲੇ ਕੌਮਾਂ ਦੋ ਇਕੱਠੀਆਂ ਹੋਈਆਂ ਚਾਚੇ ਤਾਇਆ ਦੀ ਜਿਹੜੇ ਪੋਤੇ ਆ ਚਾਚੇ ਤਾਏ ਉਹ ਕਿੱਥੇ ਆ ਆਪਣੇ ਤਾਏ ਦੇ ਪੁੱਤ ਚਲ ਗਏ ਅੱਛਾ ਇੱਥੇ ਹੈਗੇ ਆ ਇਹ ਚਾਚੇ ਤਾਏ ਦੇ ਪੁੱਤ ਇਕੱਠੇ ਹੋਊਗਾ ਤਾਲੀਆਂ ਵਜਾ ਦਿਓ ਜਿਹੜਾ ਤਾਂ ਸਰਕਾਰ ਨੂੰ ਬਿਪਤਾ ਪਾਉਂਦੇ ਆ ਗੱਲ ਕਿਹੜੀ ਹੈ ਖੁੱਲਿਆ ਹੋਇਆ ਬੇੜਾ ਡਿੰਡਾ ਡਾਂਡਾ ਡਾਂਡਾ ਡਿੰਡਾ ਡਾਂਡਾ ਡਾਂਡਾ ਡਿੰਡਾ ਡਾਂਡਾ ਡਾਂਡਾ ਡਿੰਡਾ ਡਾਂਡਾ ਡਾਂਡਾ ਸਾਰੇ ਹੋ ਜਾਓ ਇਕੱਠੇ ਜੇ ਸੰਵਿਧਾਨ ਬਚਾਉਣਾ ਏ ਸਾਰੇ ਹੋ ਜਾਓ ਇਕੱਠੇ ਜੇ ਸੰਵਿਧਾਨ ਬਚਾਉਣਾ ਸੁਣਿਓ ਧਿਆਨ ਦੇ ਨਾਲ ਕੋਟ ਪਿੰਡ ਤੇ ਟਾਈਆਂ ਲਾ ਗੱਡੀਆਂ ਵਿੱਚ ਘੁੰਮਦੇ ਜੋ ਘੁੰਮਦੇ ਜੋ ਕੋਟ ਪਿੰਡ ਤੇ ਟਾਈਆਂ ਲਾ ਗੱਡੀਆਂ ਵਿੱਚ ਘੁੰਮਦੇ ਜੋ ਘੁੰਮਦੇ ਜੋ ਬਾਬਾ ਸਾਹਿਬ ਨੂੰ ਛੱਡ ਕੇ ਪੈਰ ਵੀ ਖਾਂਦੇ ਝੁੰਮਦੇ ਜੋ ਛੱਡ ਕੇ ਪੈਰ ਵੀ ਖਾਂਦੇ ਝੁੰਮਦੇ ਜੋ ਦੱਸੋ ਇਹਨਾਂ ਨੇ ਕਿਹੜਾ ਦੱਸੋ ਇਹਨਾਂ ਨੇ ਕਿਹੜਾ ਬੇਗਮ ਪੂਰਾ ਬਸਾਉਣਾ ਏ ਹੁਣ ਸਾਰੇ ਹੋ ਜਾ ਬੈਠੇ ਜੇ ਸੰਵਿਧਾਨ ਬਚਾਉਣਾ ਏ ਹੁਣ ਸਾਰੇ ਹੋ ਜਾ ਬੈਠੇ ਜੇ ਸੰਵਿਧਾਨ ਬਚਾਉਣਾ ਏ ਹੁਣ ਇੱਕ ਤਾਂ ਹੋ ਜਾ ਇਕੱਠੇ ਜੇ ਸੰਵਿਧਾਨ ਬਚਾਉਣਾ ਸੁਣਿਓ ਜਰਾ ਧਿਆਨ ਦੇ ਨਾਲ ਜਸੀਮਾ ਆ ਸੁਣਿਓ ਬਈ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜਨਾ ਛੱਡ ਦਿਓ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜਨਾ ਛੱਡ ਦਿਓ ਬਈ 41 ਬਣਦੀ ਆ ਪੁਲਿਸ ਵਾਲੇ ਕਿਸੇ ਨੂੰ ਪੈਸਾ ਨਹੀਂ ਦਿੰਦੇ ਦੇਖ ਲਓ ਮੇਰੇ ਭਰਾ ਥਾਣੇਦਾਰ ਨੇ ਪੈਸੇ ਦਿੱਤੇ ਇਹ ਪੈਸੇ ਮੈਂ ਬੂਟੇ ਮਹੰਮਦ ਨੂੰ ਨਹੀਂ ਦਿੱਤੇ ਉਹਨਾਂ ਨੇ ਇਸ ਕਰਕੇ ਦਿੱਤੇ ਆ ਵੀ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜਨਾ ਛੱਡ ਦਿਓ
ਆਪਣਿਆਂ ਦੇ ਨਾਲ ਈਰਖਾ ਕਰਨੀ ਛੱਡ ਦਿਓ। ਹੁਣ ਜਾਗੋ ਨਸ਼ੇ ਤਿਆਗੋ, ਜੇ ਆਪਣਾ ਰਾਜ ਲਿਆਉਣਾ ਹੈ ਉਹ ਹੋ ਜਾਓ ਸਾਰੇ ਇਕੱਠੇ, ਜੇ ਸੰਵਿਧਾਨ ਬਚਾਉਣਾ ਹੈ। ਥਾਣੇਦਾਰ ਸਾਹਿਬ ਬਹੁਤ ਮਿਹਰਬਾਨੀ, ਸ਼ੁਕਰੀਆ, ਲਵ ਯੂ ਆਲ। ਇੱਕ ਵਾਰੀ ਤਾਲੀਆਂ ਵਜਾ ਦਿਓ, ਜੇ ਤੁਹਾਨੂੰ ਚੰਗਾ ਲੱਗਾ ਤਾਂ ਵੀ ਤਾਲੀਆਂ ਵਜਾ ਦਿਓ, ਜੇ ਨਹੀਂ ਚੰਗਾ ਲੱਗਾ ਤਾਂ ਮਾਰ ਲਿਓ ਤਾੜੀਆਂ। ਬਹੁਤ ਮਿਹਰਬਾਨੀ। ਹੈਲੋ ਗੁੜ ਭੈਣਾ, ਹੈ ਹਾਂ, ਮੈਂ ਤੁਹਾਨੂੰ ਕੁਛ ਵੀ ਨਹੀਂ ਕਹਿਣਾ। ਇਹ ਖਰੇ ਸਿਲਾਈ ਦੀਆਂ ਮਸ਼ੀਨਾਂ ਲੈਣ ਖੜੀਆਂ ਵਿਚਾਰੀਆਂ। ਹਾਂ, ਉਹ ਮਿਲਦੀਆਂ ਭੈਣਾ, ਮਿਲਦੀਆਂ ਮਿਲਦੀਆਂ, ਹੁਣੇ ਤੁਹਾਨੂੰ ਮਸ਼ੀਨਾਂ ਤੁਹਾਡੇ ਲਈ ਲਿਆਂਦੀਆਂ ਪਈਆਂ, ਅਤੇ ਬਹੁਤ ਤੁਹਾਡੀ ਮਿਹਰਬਾਨੀ ਹੈ, ਸ਼ੁਕਰੀਆ ਇੱਕ ਵਾਰੀ ਫਿਰ ਸਾਰਿਆਂ ਦਾ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ, ਥੈਂਕ ਯੂ। ਬੂਟੇ ਭਾਅ ਜੀ ਲਈ ਤਾੜੀ ਮਾਰ ਦਿਓ। ਬੂਟੇ ਭਾਅ ਜੀ ਕਹਿੰਦੇ ਵੀ ਇਹ ਪੈਸੇ ਪੁਲਿਸ ਵਾਲੇ ਨੇ ਮੈਨੂੰ ਨਹੀਂ ਦਿੱਤੇ, ਆਹ ਜਿਹੜੇ ਨਿੱਕੇ ਨਿੱਕੇ ਦੋ ਮੁੰਡੇ ਨਾਲ ਆਏ ਉਹਨਾਂ ਨੂੰ ਦਿੱਤੇ, ਤੁਹਾਡਾ ਸਤਿਕਾਰ ਆ। ਇੱਕ ਲਾਈਨ ਜਿਹੜੇ ਇਹਨਾਂ ਨੇ ਕਹੀ ਆ ਉਹਦਾ ਮੈਨੂੰ ਇਹਨਾਂ ਯਾਦ ਆਇਆ, ਬੋਲ ਦੇਵਾਂ ਜੀ, ਔਕਾਤ ਨਹੀਂ ਗੀ ਤੁਹਾਡੇ ਸਾਹਮਣੇ ਕੋਈ ਗੱਲ ਕਰੀਏ। ਹੱਥ ਸਿਰ ਤੋਂ ਉੱਠਿਆ ਬਾਪੂ ਦਾ, ਤਹਿਸੀਲਦਾਰ ਸਾਹਿਬ ਕਿੱਥੇ ਬੈਠੇ ਨੇ? ਤਹਿਸੀਲਦਾਰ ਸਾਹਿਬ ਇੱਥੇ ਆਓ, ਮੈਂ ਨਾਲ ਹੀ ਮਜੀਸ਼ੀਅਨ ਤਿਆਰ ਕਰਵਾ ਦਿੱਤੇ ਜੀ, ਪਿੱਛੇ ਤਿਆਰੀ ਹੋ ਰਹੀ ਹੈ ਜੀ। ਹਾਂਜੀ, ਮੈਂ ਗਿੰਨੀ ਮਾਹੀ ਜੀ ਦੇ ਮਜੀਸ਼ੀਅਨ ਪਰਿਵਾਰ ਨੂੰ ਬੇਨਤੀ ਕਰਦਾ ਕਿ ਉਹ ਸ਼ੈਰੀ ਭਾਅ ਜੀ ਜਲਦੀ ਕਰਾ ਲਓ, ਕੁਲਦੀਪ ਭਾਅ ਜੀ ਜਲਦੀ ਕਰਾ ਲਓ, ਇੱਕ ਮਿੰਟ ਆ ਬੋਲਦੇ ਨਾ ਬੋਲੇ ਜਰਾ। ਜਿੰਨਿਆਂ ਵੀ ਬਾਹਰੋਂ ਮੇਰੀਆਂ ਬੱਜੀਆਂ ਭੈਣਾਂ ਆਈਆਂ ਹਨ ਉਹ ਸਟੇਜ ਦੇ ਲੱਗ ਗਏ, ਜਿਹਨਾਂ ਨੇ ਨਾਂ ਬੋਲਣ ਲੱਗੇ ਆ, ਮਸ਼ੀਨਾਂ ਜਿਹਨਾਂ ਨੇ ਮਸ਼ੀਨਾਂ ਲੈਣ ਵਾਸਤੇ ਆਪਣੇ ਆਧਾਰ ਕਾਰਡ ਦਿੱਤੇ ਸਨ। ਗੀਤਾ ਕੋਟਲੀ ਥਾਨ ਸਿੰਘ ਤੋਂ ਜੀ, ਰਣਜੀਤ ਕੌਰ, ਡਾਟਰ ਆਫ ਨਰਿੰਦਰ ਕੁਮਾਰ ਕੱਲਣ ਜੀ, ਮਮਤਾ, ਡਾਟਰ ਆਫ ਸਨੀ ਕਪੂਰਥਲਾ ਤੋਂ, ਸੰਤੋਸ਼, ਡਾਕਟਰ ਆਫ ਬਲਵੀਰ ਕੈਂਟ ਤੋਂ ਜੀ, ਅੰਜੂ, ਸੰਗੀਤਾ ਵਾਈਫ ਆਫ ਮਦਨ ਮੋਹਨ ਕ੍ਰਿਸ਼ਨਪੁਰਾ, ਪੂਨਮ ਦੇਵੀ, ਇਹ ਵੀ ਅਮਰਜੀਤ, ਸੋਨੀਆ, ਸੀਨੋ, ਵਾਈਫ ਆਫ ਦਰਸ਼ਨ ਰਾਮ, ਸਿਕੰਦਰ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ, ਅਮਨਦੀਪ ਕੌਰ, ਸਿਮਰਨ, ਗੀਤਾ, ਡਾਕਟਰ ਆਫ ਬੰਟੀ, ਜਮਸ਼ੇਰ ਖਾਸ ਤੋਂ ਜੀ, ਪੂਜਾ ਰਾਣੀ, ਵਾਈਫ ਆਫ ਪਰਮਜੀਤ ਉਦੇਸੀਆਂ ਆਦਮਪੁਰ, ਸੁਰਿੰਦਰ ਕੌਰ, ਬਿਮਲਾ, ਅੰਜੂ, ਡਾਕਟਰ ਆਫ ਲਨਨ ਪ੍ਰਸ਼ਾਦ ਬੂਟਾ ਮੰਡੀ ਜਲੰਧਰ ਤੋਂ, ਬੀਨਾ, ਵਾਈਫ ਆਫ ਸੁਭਾਸ਼ ਜਗਤਪੁਰਾ, ਰਾਜਕੁਮਾਰੀ, ਨਾਮ ਜਿਹਨਾਂ ਜਿਹਨਾਂ ਦੇ ਨਾਮ ਬੋਲਦਿਆਂ ਮੈਂ ਉਹੀ ਆਉਣ, ਬਾਕੀ ਬਾਅਦ 'ਚ ਕੋਈ ਨਾ ਆਵੇ, ਜਿਹਨਾਂ ਜਿਹਨਾਂ ਦੇ ਨਾਮ ਬੋਲਦਾ ਲਾਈਨ 'ਚ ਲੱਗੇ ਜਾਣ 'ਤੇ।
ਗੀਤਾ ਆਵੇ ਜੀ ਕੋਟਲੀ ਤੋਂ, ਗੀਤਾ ਆ ਗੀਤਾ ਕੋਟਲੀ ਤੋਂ ਜੀ। ਇਸ ਤੋਂ ਬਾਅਦ ਰਣਜੀਤ ਕੌਰ ਆਵੇ, ਗੀਤਾ ਇਸ ਤੋਂ ਬਾਅਦ ਰਣਜੀਤ ਕੌਰ ਅਤਲਣ ਤੋਂ ਕੁੜੀ ਆ ਜੀ ਆਪਣੀ। ਨਰਿੰਦਰ ਕੁਮਾਰ ਦੀ ਕੁੜੀ ਆ ਜੀ ਇਹ। ਮਮਤਾ ਮਮਤਾ ਸਨੀ ਕਪੂਰਥਲ ਤੋਂ ਜੀ। ਸੰਤੋਸ਼ ਬੋਲਿਆ ਤਾਂ ਜੀ ਮੈਂ, ਮਮਤਾ ਸਨੀ, ਸੰਤੋਸ਼, ਅੰਜੂ, ਸੰਗੀਤਾ ਵਾਈਫ ਮਦਨ ਮੋਹਨ ਕਿਸ਼ਨਪੁਰੇ ਤੋਂ, ਪੂਨਮ ਪੂਨਮ ਦੇਵੀ ਪੂਨਮ ਦੇਵੀ ਬੇਬੀ ਇਸ ਤੋਂ ਬਾਅਦ ਪੂਨਮ ਦੇਵੀ ਕੌਣ ਆ, ਅਮਰਜੀਤ, ਸੋਨੀਆ, ਚੀਨੋ ਵਾਈਫ ਦਰਸ਼ਨ ਰਾਮ ਦੀ ਮੂਸਾਪੁਰ ਤੋਂ ਆਈਏ, ਸਿਕੰਦਰ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ, ਮਨਿੰਦਰਜੀਤ ਸਿੰਘ, ਸਿੱਧੂ ਸਾਹਿਬ ਰਿਸੀਵਰ, ਸ਼ਹੀਦ ਬਾਬਾ ਨਿਆਲ ਸਿੰਘ ਗੁਰਦੁਆਰਾ ਜੋ ਸਾਡੇ ਰਿਸੀਵਰ ਸਾਹਿਬ ਸਿੱਧੂ ਸਾਹਿਬ ਉਹਨਾਂ ਦਾ ਸਾਡੇ ਪ੍ਰਧਾਨ ਸਾਹਿਬ ਸਵਾਗਤ ਕਰ ਰਹੇ ਨੇ, ਉਹਨਾਂ ਨੂੰ ਸਨਮਾਨ ਕਰ ਰਹੇ ਨੇ। ਅਸੀਂ ਇੱਥੇ ਆਉਣ 'ਤੇ ਸਿੱਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਦੇ ਕੋਲ ਜਦੋਂ ਵੀ ਨਗਰ ਜਾਂਦਾ ਹੈ ਉੱਠਿਆ ਤੂੰ ਯਾਰ, ਉਹ ਲੁੱਟ ਪੈਣੀ ਯਾਰ ਪਤਾ ਨਹੀਂ। ਤੁਸੀਂ ਭਾਅ ਜੀ ਸ਼ਾਂਤੀ ਰੱਖੋ। ਅਸੀਂ ਤਹਿਸੀਲਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਬਹੁਤ ਸਾਰਾ ਨਗਰ ਨੂੰ ਸਹਿਯੋਗ ਦਿੰਦੇ ਨੇ, ਤਹਿ ਦਿਲੋਂ ਧੰਨਵਾਦੀ ਕਰਦੇ ਜੀ ਇਹਨਾਂ ਦਾ ਜੀ। ਹਾਂਜੀ ਤੁਹਾਡੇ ਕੋਲ ਰਣਜੀਤ ਕੌਰ ਆਈ ਆ, ਚਲੋ ਰਣਜੀਤ ਕੌਰ ਇੱਧਰ ਆਵੇ। ਮਮਤਾ ਡਾਕਟਰ ਸਨੀ ਕਪੂਰਥਲੇ ਤੋਂ, ਮਮਤਾ, ਅੰਜੂ, ਅੰਜੂ ਦੇਖੋ ਅੰਜੂ ਕੌਣ ਆ, ਚੱਲ ਗਈ ਆ, ਅਤੇ ਸੰਗੀਤਾ ਵਾਈਫ ਮਦਨ ਮੋਹਨ ਇਹ ਕਿਸ਼ਨਪੁਰੇ ਤੋਂ ਆ। ਮੈਂ ਉਹਨਾਂ ਨਾਮ ਬੋਲ ਰਿਹਾ ਪਹਿਲਾਂ, ਸਾਰੇ ਮੈਨੂੰ ਬੋਲ ਰਹੇ ਚੱਲ ਗਈਆਂ ਲੈ ਕੇ, ਬਾਅਦ ਨਾ ਹੋਈਆਂ ਤੇ ਉਹ ਭਾਈ ਇੱਥੇ ਤੱਕ ਚੱਲ ਗਈਆਂ। ਦੇਖੋ ਸੋਨੀਆ, ਸਿੰਨੋ,
ਔਰ ਵਾਈਫ ਦਰਸ਼ਨ ਰਾਮ ਸਿਕੰਦਰ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ, ਅਮਨਦੀਪ ਕੌਰ, ਸਿਮਰਨ ਜਿਹੜੀਆਂ ਚੱਲ ਗਈਆਂ ਨੇ। ਹੁਣ ਦੇਖੋ ਗੀਤਾ ਜਮਸ਼ੇਰ ਤੋਂ ਜੀ, ਇਹ ਗੀਤਾ ਪੂਜਾ ਰਾਣੀ ਵਾਈਫ ਪਰਮਜੀਤ ਉਦੇਸੀਆ ਤੋਂ ਆਦਮਪੁਰ, ਸੁਰਿੰਦਰ ਕੌਰ ਬਿਮਲਾ, ਸੁਰਿੰਦਰ ਕੌਰ ਬਿਮਲਾ, ਚਲੋ ਅੱਗੇ ਜਾਣੀ ਹੋਵੋ, ਸੁਰਿੰਦਰ ਕੌਰ ਬਿਮਲਾ ਅੱਗੇ ਹੋਵੋ ਜੀ। ਸੰਜੂ ਡਾਟਰ ਆਫ ਲਲਨ ਪ੍ਰਸ਼ਾਦ ਬੂਟਾ ਮੰਡੀ ਜਲੰਧਰ ਤੋਂ ਜੀ, ਵੀਨਾ ਵਾਈਫ ਆਫ ਸੁਭਾਸ਼, ਦੇਖੋ ਕਿਹੜੀ ਵੀਨਾ ਹੋਰ, ਇਹ ਜਗਤਪੁਰੇ ਦਾ ਜੀ। ਰਾਜਕੁਮਾਰੀ ਡਾਕਟਰ ਤੇਜਿੰਦਰ ਕੁਮਾਰ ਡਮੇਲੀ ਕਪੂਰਥਲਾ, ਮੈਂ ਬੋਲਿਆ ਬੀਨਾ ਵਾਈਫ ਆਫ ਸੁਭਾਸ਼, ਤਾਂ ਤੁਹਾਨੂੰ ਸੁਣਦਾ ਨੀਗਾ, ਜਗਤਪੁਰਾ ਆ। ਰਾਜਕੁਮਾਰੀ ਡਾਕਟਰ ਤੇਜਿੰਦਰ ਕੁਮਾਰ ਦਮੇਲੀ ਤੋਂ ਆ ਜੀ, ਕਪੂਰਥਲਾ ਜ਼ਿਲ੍ਹਾ। ਤਰਨਜੀਤ ਡਾਕਟਰ ਭਜਨ ਰਾਮ ਅਰਜਨਵਾਲ ਤੋਂ, ਨੇਹਾ ਡਾਕਟਰ ਆਫ ਸੋਹਣ ਲਾਲ ਅਰਜਨਵਾਲ ਤੋਂ, ਸੰਗੀਤਾ ਕੌਰ, ਸੀਰਤ ਕੌਰ, ਸੀਰਤ ਕੌਰ ਜਸਕਰਨ ਦੀ ਚੱਕਲਾ ਤੋਂ, ਦੇਖੋ ਹੁਣ ਬਿੰਦਰ ਡਾਕਟਰ ਆਫ ਦਰਸ਼ਨਾਥ ਆਈ ਹੈ ਜੀ, ਬਿੰਦਰ ਡਾਕਟਰ ਆਫ ਦਸ਼ਰਥ, ਦਸ਼ਰਥ ਇੱਕ ਮਿੰਟ, ਇੱਕ ਬੇਨਤੀ ਆ ਸਾਰੀਆਂ ਭੈਣਾਂ ਨੂੰ, ਕਿਉਂਕਿ ਗੜਬੜ ਹੋ ਰਹੀ ਆ, ਉੱਥੇ ਬਹਿ ਜਾਓ ਮੇਰੀਆਂ ਭੈਣੋ, ਇਕੱਲੇ ਇਕੱਲੇ ਦਾ ਨਾਂ ਬੋਲ ਕੇ ਮਸ਼ੀਨਾਂ ਦੇ ਕੇ ਦੋਵਾਂਗੇ। ਮੈਂ ਆਪਣੀਆਂ ਧੀਆਂ ਨੂੰ ਬੇਨਤੀ ਕਰਦਾ, ਤੁਹਾਡਾ ਬਹੁਤ ਵੱਡਾ ਸਤਿਕਾਰ ਆ, ਇਹ ਭਰਾ ਆ ਤੁਹਾਡੇ, ਤੁਹਾਡੇ ਵੀਰ ਆ, ਤੁਹਾਨੂੰ ਅੱਛੇ ਤਰੀਕੇ ਨਾਲ ਅਪਡੇਟ ਕਰਨਾ ਚਾਹੀਦਾ ਸਾਨੂੰ ਯਾਰ, ਕੋਈ ਇੱਦਾਂ ਦੀ ਗੱਲ ਨਹੀਂ ਕਿ ਮੈਂ ਮੀਕੇ ਇੱਕ ਮਿੰਟ, ਮੈਨੂੰ ਲੈਸ ਦੇ ਦੀ, ਮੈਂ ਬੋਲ ਦੂੰਗਾ, ਕੋਈ ਗੱਲ ਨਹੀਂ, ਤਰੀਕੇ ਨਾਲ ਬੋਲਾਂਗੇ, ਚੰਗਾ ਨਹੀਂ ਲੱਗਦਾ ਇੱਦਾਂ, ਬਿਲਕੁਲ ਤਰੀਕੇ ਨਾਲ, ਕਿਉਂਕਿ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਗੱਲ ਮਸ਼ੀਨਾਂ ਦੀ ਨਹੀਂ ਕੁੜੇ, ਤੁਹਾਡਾ ਸਤਿਕਾਰ ਬਹੁਤ ਵੱਡਾ ਹੈ, ਤੁਸੀਂ ਇੰਨਾ ਸਮਾਂ ਕੱਢ ਕੇ ਬੈਠੇ ਹੋ, ਸ਼ਲਾਘਾਯੋਗ ਹੈ ਸਾਰੇ, ਤੁਸੀਂ ਆਪਣੀ ਆਪਣੀ ਡਿਊਟੀ ਸੰਭਾਲੋ, ਬਹਿ ਜਾਓ ਪਲੀਜ਼ ਥੱਲੇ ਸਾਰੇ ਬੈਠ ਜਾਓ, ਮੈਂ ਇੱਕ ਟਿਊਨਿੰਗ ਕਰਵਾ ਕੇ ਉਸ ਤੋਂ ਬਾਅਦ, ਉਹ ਵੀ ਧੀ ਆ ਜਿਹਨੂੰ ਮਨ 'ਤੇ ਸੱਦਾ ਦੇਣਾ, ਉਹ ਵੀ ਬੇਟੀ ਆ ਸਾਡੀ ਇੱਕ, ਸੋ ਮੈਂ ਨਿੱਕੇ ਭਾਅ ਜੀ ਸਾਰਿਆਂ ਨੂੰ ਬਿਠਾ ਲਓ, ਅਤੇ ਆਪਾਂ ਨਾਂ ਬੋਲਾਂਗੇ, ਇਹਨਾਂ ਦੀ ਐਂਟਰੀ ਕਰਵਾ ਕੇ ਨਾਂ ਬੋਲ ਕੇ ਇੱਕ ਦੋ ਸ਼ਬਦ ਕਰਾ ਕੇ, ਠੀਕ ਹੈ ਨਾ, ਠੀਕ ਆ ਜੀ। ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਹੈ ਨਾ, ਸਾਡੇ ਮਜੀਸ਼ੀਅਨ ਪਰਿਵਾਰ, ਸਾਡੇ ਭਰਾ ਮਨਜੀਤ ਸਿੰਘ ਜੀ ਬੂਟਾ, ਜਿੱਥੇ ਮੇਰੀ ਆਵਾਜ਼ ਸੁਣਦਾ ਹੋਵੇ ਉਹ ਪੰਡਾਲ ਦੇ ਵਿੱਚ ਆਜਵੇ, ਜਾਵੇ ਨਾ, ਕਿਉਂਕਿ ਸਭ ਤੋਂ ਬਾਅਦ ਆਪਾਂ ਸਾਰਾ ਇਕੱਠਿਆਂ ਨੇ ਜਾਣਾ ਆ। ਮਨਜੀਤ ਸਿੰਘ ਜੀ ਬੂਟਾ ਲੰਬੜਦਾਰ ਸਾਹਿਬ, ਆਪਾਂ ਰੋਟੀ ਵੀ ਖਾਣੀ ਆ, ਲੈ ਇੱਕ ਵੱਜ ਗਿਆ, ਟਾਈਮ ਚੇਂਜ ਹੋ ਗਿਆ, ਉਹ ਆਪਾਂ ਰੋਟੀ ਵੀ ਖਾਣੀ ਆ ਜੀ। ਸੋ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਜੀ, ਮੈਂ ਇੱਕ ਬੇਨਤੀ ਕਰਾਂ ਕਿ ਜਿੱਥੇ ਜਿੱਥੇ ਮੇਰੇ ਭਰਾ ਖੜ੍ਹੇ ਆ ਸਾਰੇ ਬੈਠ ਦਿਓ, ਕਿਉਂਕਿ ਇੰਨਾ ਅੱਛਾ ਪ੍ਰਬੰਧ ਕੀਤਾ, ਇੱਕ ਵਾਰੀ ਤੱਲਣ ਪਿੰਡ ਲਈ ਤਾੜੀ ਮਾਰ ਦਿਓ।
ਜਿਵੇਂ ਬੂਟਾ ਭਾਅ ਜੀ ਕਹਿ ਕੇ ਗਿਆ ਨਾ ਵੀ ਮਾਂ ਬਾਪ ਨਾਲ ਪਿਆਰ ਕਰਦੇ ਜਿਹੜੇ ਉਹਨੂੰ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ। ਲਿਸਟ ਭਾਅ ਜੀ ਕੋਲ ਆ, ਥੱਲੇ ਆ ਗਿਆ ਭਾਅ ਜੀ ਲੈ ਕੇ। ਥੈਂਕ ਯੂ ਵੀ ਤੁਹਾਡਾ, ਮੈਂ ਵੀ ਇੱਥੇ ਆ ਜਾਣਾ, ਮੈਂ ਮੂਹਰੇ ਮੂਹਰੇ ਘੁੰਮਣ ਡਿਆ, ਮਾਫੀ ਚਾਹੁੰਦਾ ਭਾਅ ਜੀ। ਸਾਡੇ 22 ਲਾਈਵ ਟੈਲੀਕਾਸਟ ਹੋ ਰਿਹਾ, ਜਿਹੜੇ ਵੀ ਚੈਨਲ ਨੇ ਉਹਨਾਂ ਸਾਰਿਆਂ ਦਾ ਸਤਿਕਾਰ ਆ। ਜੱਸੂ ਜੱਸੀ ਗੁੱਡੂ ਜੀ, ਆਪਣੇ ਦਿਲਵਾਗ ਜੀ, ਦਿਲਵਾਗ ਜੀ ਕਾਂਛੀ ਟੀਵੀ ਤੋਂ, ਰਵਿਦਾਸੀਆ ਟੀਵੀ ਤੋਂ ਜੋਗਰਾਜ ਜੱਸਲ ਜੀ, ਇਹਨਾਂ ਦਾ ਸਾਰਿਆਂ ਦਾ ਸਨਮਾਨ ਕਰਨਾ। ਬਹੁਤ ਬਹੁਤ ਧੰਨਵਾਦ ਬਾਬਾ ਜੀ, ਤੁਹਾਨੂੰ ਸਤਿਕਾਰ ਕਰਦੇ ਹਾਂ। ਜਿਸ ਡੇਰੇ ਤੋਂ ਤੁਸੀਂ ਐਰੋਗਾਰ, ਬਹੁਤ ਵੱਡਾ ਨਾਮ ਹੈ, ਬਹੁਤ ਵੱਡੀ ਇੱਕ, ਮੈਂ ਇਹ ਗੱਲ ਕਹਿ ਸਕਦਾ ਕਿ ਤੁਹਾਡੇ ਜਿਹੜੇ ਪੈਰਾਂ ਥੱਲੇ ਕੂੜਾ ਕਰਕਟ ਨਾ, ਉਹਦੇ ਵਰਗੇ ਨਹੀਂ ਅਸੀਂ। ਹੱਥ ਸਿਰ ਤੋਂ ਉੱਠਿਆ ਬਾਪੂ ਦਾ ਛਾਵਾਂ ਨਹੀਂ ਮਿਲਦੀਆਂ, ਹੱਥ ਸਿਰ ਤੋਂ ਉੱਠਿਆ ਬਾਪੂ ਦਾ ਛਾਵਾਂ ਨਹੀਂ ਮਿਲੀਆਂ, ਕਿੱਥੋਂ ਲੱਭ ਲਿਆਵਾਂ ਅੰਬੜੀ ਰਾਵਾਂ ਨਹੀਂ ਮਿਲੀਆਂ। ਇਹ ਜਿਹੜਾ ਸਤਿਕਾਰ ਨਾ ਅੱਜ ਬੁੱਟਾ ਭਾਅ ਜੀ ਕਰ ਕੇ ਗਿਆ ਮਾਂ ਬਾਪ ਦਾ, ਉਹਦੇ ਲਈ ਤਾੜੀ ਬਣਦੀ ਸੀਗੀ, ਉਦੋਂ ਫਿਰ ਰੌਲਾ ਰੁਪਏ ਪੈ ਗਿਆ ਮੀਕੇ ਭਾਅ ਜੀ। ਇਸ ਕਰਕੇ ਮੇਰੀ ਬੇਨਤੀ ਆ ਵੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਬਹੁਤ ਵੱਡਾ ਨਾਂ ਆ ਵੀ ਐਡਾ ਵੱਡਾ ਇਕੱਠ ਕਰਕੇ ਜੇ ਆਪਾਂ ਇੰਨੀ ਕੁ ਗੱਲ ਬਦਲੇ, ਆਪਾਂ ਇੱਦਾਂ ਇੱਦਾਂ ਕਰਕੇ ਫਿਰ ਚੰਗਾ ਨਹੀਂ ਲੱਗਦਾ। ਆਹ ਦੇਖੋ ਕਿੰਨੀਆਂ ਪਿਆਰੀਆਂ ਮੇਰੀਆਂ ਧੀਆਂ ਬੈਠੀਆਂ, ਸਾਡੇ ਬੱਚੇ ਆ ਇਹ। ਲਿਸਟ ਮੈਂ ਭੇਜ ਦਿੱਤੀ ਆ, ਆਪਾਂ ਹੀ ਪੜ੍ਹ ਕੇ ਇਕੱਲੀ ਇਕੱਲੀ ਕੁੜੀ ਨੂੰ ਮਸ਼ੀਨ ਫੜਾਇਓ, ਅਤੇ ਕਦੇ ਗੁੱਸਾ ਨਹੀਂ ਕਰਨਾ। ਜਿਹੜੀ ਧੀ ਸਾਡੀ ਰਹਿ ਗਈ, ਅਸੀਂ ਲੋਹੜੀ ਵੀ ਪਾਉਣੀ ਆ, ਲੋਹੜੀ ਵਾਲੇ ਦਿਨ ਦੇ ਜਾਂਗੇ। ਜੱਸੀ ਭਾਅ ਜੀ ਬਹੁਤ ਵੱਡਾ ਪ੍ਰੋਗਰਾਮ ਹੋਣਾ, ਇਸ ਤੋਂ ਬਾਅਦ ਵੀ ਆਪਾਂ ਕਰਨਾ, ਅਤੇ ਇੱਦਾਂ ਸਤਿਕਾਰ ਕਰਦੇ ਰਹੋ ਧੀਆਂ ਦਾ। ਸੋ ਮੈਂ ਗੱਲ ਕਰਾਂ ਆਪਣੇ ਮਜੀਸ਼ੀਅਨ ਪਰਿਵਾਰ ਨੂੰ ਵੀ ਤੁਸੀਂ ਓਕੇ ਆ ਜੀ। ਸੋ ਮੈਂ ਮਾਈਕ ਦੇਵਾਂ ਮੇਰਾ ਛੋਟਾ ਵੀਰ ਕੁਲਦੀਪ ਕੋਟਲਾ ਜੀ, ਮੈਂ ਨਹੀਂ ਇਹਨਾਂ ਨੂੰ ਮਾਈਕ ਦਿੰਦਾ ਮੈਂ।